Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਮੈਂ ਕਦੇ ਕਦੇ ਵੱਡੀ ਤੋਂ ਵੱਡੀ ਮੁਸੀਬਤ ਦਾ ਹੱਲ ਸਾਡੇ ਸਾਹਮਣੇ ਹੁੰਦਾ ਹੈ ਪਰ ਵੀ ਸਾਨੂੰ ਪਤਾ ਹੀ ਨਹੀਂ ਚੱਲਦਾ, ਪਰ ਉਹਨੂੰ ਅਸੀਂ ਕਈ ਵਾਰ ਇੰਨਾ ਵੱਡਾ ਬਣਾ ਦਿੰਦੇ ਹਾਂ, ਉਹਦਾ ਹੱਲ ਅਸੀਂ ਵੱਡੀ ਚੀਜ਼ 'ਚ ਲੱਭਣਾ ਸ਼ੁਰੂ ਕਰਦੇ ਹਾਂ। ਮਤਲਬ ਮੈਂ ਕੁਝ ਸਮਝੇ ਨਹੀਂ। ਨੈਣ, ਆਪਣੀ ਅੱਖਾਂ ਖੁੱਲ੍ਹੀਆਂ ਰੱਖ, ਆਪਣੇ ਆਸੇ ਪਾਸੇ ਦੇਖ ਅਤੇ ਸੋਚ, ਅਜਿਹੀ ਕਿਹੜੀ ਚੀਜ਼ ਹੈ ਜਿਹੜੀ ਤਾਰ, ਰੱਸੀ, ਧਾਗਾ ਤੋਂ ਵੀ ਮਜ਼ਬੂਤ ਹੈ ਪਰ ਉਹਦੇ ਵਿੱਚ ਲੋਹੇ ਵਰਗੀ ਤਾਕਤ ਅਤੇ ਰੱਸੀ ਵਰਗੀ ਮਜ਼ਬੂਤੀ, ਧਾਗੇ ਵਰਗੀ ਤਾਰ ਅਤੇ ਤਾਰ ਵਰਗੀ ਢਿੱਲ ਹੋਵੇ। ਜਵਾਬ ਹੈ ਤਿਵਾਸ਼ ਸਾਹਿਬ। ਸੱਪ ਇੱਕ ਅਜਿਹੀ ਚੀਜ਼ ਹੈ ਜਿਹਦੇ ਵਿੱਚ ਲੋਹੇ ਨਾਲੋਂ ਵੀ ਵੱਧ ਤਾਕਤ ਹੁੰਦੀ। ਜੇ ਸੱਪ ਆਪਣੀ ਆਈ ਤੇ ਆ ਜਾਏ ਤਾਂ ਬੰਦੇ ਦੇ ਇਰਦ ਗਿਰਦ ਘੁੰਮ ਕੇ ਉਹਨੂੰ ਆਪਣੇ ਦਾਬ ਦੇ ਨਾਲ ਹੀ ਮਾਰ ਸਕਦਾ। ਸੱਪ ਹੀ ਜਿਹਦੇ ਵਿੱਚ ਰੱਸੀ ਵਰਗੀ ਮਜ਼ਬੂਤੀ, ਧਾਗੇ ਵਰਗੀ ਤਾਰ ਤੇ ਤਾਰ ਵਰਗਾ ਲਚਕੀਲਾਪਨ ਹੁੰਦਾ। ਜੇ ਮੈਂ ਇਸ ਕਮਾਨ ਦੇ ਦੋਵਾਂ ਸਿਰਿਆਂ ਉੱਪਰ ਸੱਪ ਨੂੰ ਤਾਰ ਦੇ ਵਾਂਗ ਵਰਤਾਂ ਤਾਂ ਉਹਦੇ ਨਾਲ ਤੀਰ ਚਲਾਇਆ ਜਾ ਸਕਦਾ। ਜੇ ਨੈਣ ਇਸ ਤੀਰ ਕਮਾਨ ਦੀ ਮਦਦ ਨਾਲ ਆਪਣੀ ਧੀ ਤੱਕ ਪਹੁੰਚ ਗਈ ਤਾਂ ਬਹੁਤ ਮੁਸੀਬਤ ਹੋ ਜਾਏਗੀ। ਹੁਣ ਮੈਂ ਕੀ ਕਰਾਂ? ਮੈਂ ਜਾਣਦਾ ਸੀ ਨੈਣ, ਤੂੰ ਆਪਣੀ ਸਮਝਦਾਰੀ ਦੇ ਨਾਲ ਇਹ ਪ੍ਰੀਖਿਆ ਨੂੰ ਪਾਰ ਕਰ ਲਵੇਂਗੀ। ਰੁਦਰਾਣੀ ਜੀ, ਮੈਨੂੰ ਰਾਹ ਵਿਖਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਵਿਖਾਏ ਰਸਤੇ ਦੇ ਨਾਲ ਅੱਜ ਮੈਂ ਬੇਚਾਰਾ ਪੁੱਛ ਪਾਈ ਹਾਂ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।